ਰਾਹੁਲ ਗਾਂਧੀ ਨੇ ਇਹ ਅਖਬਾਰਾਂ ਪੜ੍ਹ ਕੇ ਬਿਆਨ ਦਿੱਤਾ, ਉਸਨੂੰ ਕਿਸੇ ਨੇ ਬਰੀਫ ਨਹੀਂ ਕੀਤਾ। ਬੜੇ ਮਤਾਂ ਬਾਅਦ ਇੱਕ ਐਸੇ ਕਾਂਗਰਸੀ ਲੀਡਰ ਦਾ ਬਿਆਨ ਆਇਆ ਜਿਸ ਨੇ ਸਿੱਖ ਹੱਕਾਂ ਦੀ ਗੱਲ ਕੀਤੀ ਹੈ। ਸਿੱਖਾਂ ਦੇ ਵਿੱਚ ਗੁਰਦੁਆਰਾ ਡਾਂਗ ਮਾਰ ਜਾਣ ਵਾਸਤੇ ਸੜਕ ਦੇ ਉੱਤੇ ਸਾਨੂੰ ਰੋਕਿਆ ਜਾਂਦਾ ਕਿ ਨਹੀਂ ਜਾਣ ਦਿੱਤਾ ਜਾਂਦਾ। ਅੱਜ ਬੀਜੇਪੀ ਦੀ ਸਰਕਾਰ ਦੇ ਵਿੱਚ ਜਿਹੜੇ ਸਾਡੇ ਤਖ਼ਤ ਸਵਾਰਾਂ ਨੇ, ਭਾਵੇਂ ਜੂਰ ਸਾਹਿਬ ਹੈ, ਭਾਵੇਂ ਪਟਨਾ ਸਾਹਿਬ, ਉਹ ਸਰਕਾਰ ਕੋਲ ਦਾੜੀ ਮੁੰਨਿਆਂ ਨੂੰ ਸਿਰ ਦਾ ਕੇਸ ਨਾ ਆਉਣ ਵਾਲਿਆਂ ਨੂੰ ਉੱਥੇ ਸਰੋਪਾ ਦੇ ਕੇ ਕੀ ਸੰਦੇਸ਼ਾਂ ਦੇਣਾ ਚਾਹੁੰਦੇ? ਉਸਨੇ ਇਹ ਗੱਲ ਅਮਰੀਕਾ ਜਾ ਕੇ ਕਿਉਂ ਕੀਤੀ? ਜੇ ਕਿਸੇ ਨੇ ਕੋਈ ਗੱਲ ਕਹਿਤੀ ਹੈਗੀ ਤਾਂ ਉਹਨੂੰ ਉਸ 'ਤੇ ਅਮਲ ਕਰਨ ਦੀ ਗੱਲ ਕਰੇ, ਵਿਰੋਧ ਕਰਨ ਦੀ ਕਿਉਂ ਗੱਲ ਕਰੇ? ਜਿਤਨੇ ਵੀ ਪੰਜਾਬ ਦੇ ਸਿੱਖ ਲੀਡਰ ਹੈਗੇ ਉਹਨਾਂ ਸਾਰਿਆਂ ਦੀਆਂ ਪੱਗਾਂ ਬਣਾਓ ਅਤੇ ਦਿਹਾੜੀ ਦੀ ਬੇਅਦਬੀ ਕਰਨ ਤੋਂ ਨਾ ਰੋਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜਿਹੜਾ ਮੇਰੇ ਕੋਲ ਇਹ ਜਾਣਨਾ ਚਾਹੁੰਦੇ ਹੋ ਕਿ ਰਾਹੁਲ ਗਾਂਧੀ ਨੇ ਜਿਹੜਾ ਬਿਆਨ ਦਿੱਤਾ ਵੀ ਸਿੱਖਾਂ ਨੂੰ ਕੜੇ ਨਹੀਂ ਪਾਉਣ ਦਿੱਤੇ ਜਾਂਦੇ, ਦਸਤਾਰ ਨਹੀਂ ਸਜਾਈ ਜਾਂਦੀ, ਹਵਾਈ ਜਹਾਜ਼ 'ਤੇ ਨਹੀਂ ਚੜ੍ਹਨ ਦਿੱਤਾ ਜਾਂਦਾ, ਮੈਂ ਉਸਦੇ ਬਿਆਨ ਦੇ ਨਾਲ ਬਿਲਕੁਲ ਸਹਿਮਤ ਹਾਂ। ਮੇਰੇ ਕੋਲ ਅੱਜ ਵਟਸਐਪ ਦੇ ਉੱਤੇ ਪੁਰਾਣੀਆਂ ਖਬਰਾਂ ਦੀਆਂ ਫੋਟੋ ਭੇਜੀਆਂ ਮੈਨੂੰ ਕਿਸੇ ਨੇ, ਜਿਹਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਹੋਇਆ ਵੀ ਫਲਾਣੇ ਵਕਤ ਫਲਾਣੀ ਜਗ੍ਹਾ ਇਸ ਜਗ੍ਹਾ 'ਤੇ ਨਹੀਂ ਪਾਉਣ ਜਾਣ ਤੱਕ। ਰੀਸੈਂਟਲੀ ਹੁਣ ਕਿਸਾਨ ਲੀਡਰ ਜਿਹੜੇ ਸਨ ਬੰਗਲੌਰ ਜਾ ਰਹੇ ਸਨ, ਚੇਨਈ ਜਾ ਰਹੇ ਸਨ, ਸਰਕਾਰ ਨੇ ਉਹਨਾਂ ਨੂੰ ਜਹਾਜ਼ 'ਤੇ ਨਹੀਂ ਚੜ੍ਹਨ ਦਿੱਤਾ। ਮੈਂ ਗੱਲ ਇਹ ਕਹਿਣਾ ਚਾਹੁੰਦਾ ਹਾਂ ਕਿ ਰਾਹੁਲ ਗਾਂਧੀ ਨੇ ਇਹ ਅਖਬਾਰਾਂ ਪੜ੍ਹ ਕੇ ਬਿਆਨ ਦਿੱਤਾ, ਉਸਨੂੰ ਕਿਸੇ ਨੇ ਬਰੀਫ ਨਹੀਂ ਕੀਤਾ, ਔਰ ਮੈਂ ਇਸ ਵਾਸਤੇ ਉਹਦੇ ਬਿਆਨ ਦੀ ਹਾਮੀ ਭਰਦਾ ਕਿ ਅੱਜ ਬੜੇ ਮਤਾਂ ਬਾਅਦ ਇੱਕ ਐਸੇ ਕਾਂਗਰਸੀ ਲੀਡਰ ਦਾ ਬਿਆਨ ਆਇਆ ਜਿਸ ਨੇ ਸਿੱਖ ਹੱਕਾਂ ਦੀ ਗੱਲ ਕੀਤੀ ਹੈ। ਦਰਅਸਲ ਅਗਰ ਕਿਸੇ ਨੇ ਉਸਨੂੰ ਬਰੀਫ ਕੀਤਾ ਹੁੰਦਾ ਤਾਂ ਉਹ ਗੱਲ ਗੁਰਦੁਆਰਾ ਗਿਆਨ ਗੋਦੜ ਦੀ ਨਹੀਂ ਕਰਦਾ, ਡਾਂਗ ਮਾਰ ਸਾਹਿਬ ਦੀ ਕਰਦਾ, ਹੋਰ ਗੁਰਦੁਆਰਿਆਂ ਦੀ ਕਰਦਾ। ਅੱਜ ਸਿੱਖਾਂ ਦੇ ਵਿੱਚ ਗੁਰਦੁਆਰਾ ਡਾਂਗ ਮਾਰ ਜਾਣ ਵਾਸਤੇ ਸੜਕ ਦੇ ਉੱਤੇ ਸਾਨੂੰ ਰੋਕ ਲਿਆ ਜਾਂਦਾ ਕਿ ਨਹੀਂ ਜਾਣ ਦਿੱਤਾ ਜਾਂਦਾ? ਜਿਹੜਾ ਗੁਰਦੁਆਰਾ ਬਣਿਆ ਹੀ ਗੁਰੂ ਨਾਨਕ ਸਾਹਿਬ ਨੇ, ਜਿੱਥੇ ਪਾਣੀ ਨਹੀਂ ਸੀ ਹੁੰਦਾ ਸਾਲ 9 ਮਹੀਨੇ, ਉੱਥੇ ਜੰਮੀ ਬਰਫ ਹੀ ਡਾਂਗ ਮਾਰ ਕੇ ਪਾਣੀ ਕੱਢਿਆ ਸੀ ਅਤੇ ਉੱਥੇ ਗੁਰਦੁਆਰਾ ਬਣਾਇਆ ਸੀ ਬਾਬਾ ਹਰਭਜਨ ਸਿੰਘ ਉਹਨਾਂ ਨੇ, ਉੱਥੇ ਵੀ ਹੁਣ ਸਿੱਖਾਂ ਨੂੰ ਮਨਾ ਮੁਕੱਦਮੇ ਪਾ ਰਹੇ ਨੇ। ਹਿੰਦੁਸਤਾਨ 'ਚ ਮੁਕੱਦਮਾ ਕੌਣ ਜਿੱਤਣ ਦਿੰਦਾ, ਕੌਣ ਗੱਲਾਂ ਮੰਨਦਾ? ਅੱਜ ਬੀਜੇਪੀ ਦੀ ਸਰਕਾਰ ਦੇ ਵਿੱਚ ਜਿਹੜੇ ਸਾਡੇ ਤਖ਼ਤ ਸਵਾਰ ਹਨ, ਭਾਵੇਂ ਹਜ਼ੂਰ ਸਾਹਿਬ ਹੈ, ਭਾਵੇਂ ਪਟਨਾ ਸਾਹਿਬ ਹੈ, ਉਹ ਸਰਕਾਰ ਕੋਲ। ਮੈਂ ਰੀਸੈਂਟਲੀ ਗੱਲ ਕਰਨੀ ਚਾਹੁੰਦਾ ਹਾਂ ਕਿ ਭਗਵੰਤ ਮਾਨ ਗਿਆ ਸੀ ਹਜ਼ੂਰ ਸਾਹਿਬ, ਉੱਥੇ ਉਸਨੂੰ ਬੜਾ ਮਾਣ ਸਤਿਕਾਰ ਦਿੱਤਾ ਗਿਆ, ਉਹ ਪੀਲਾ ਚੋਗਾ ਬਣਾਉਂਦੇ ਨੇ, ਵੱਡੀ ਦਸਤਾਰ ਬਣਾਉਂਦੇ ਨੇ, ਅਤੇ ਜਦ ਉਹ ਫੋਟੋਆਂ ਆਈਆਂ ਤਾਂ ਮੈਂ ਵਿਜੇ ਸਤਵੀਰ ਸਿੰਘ ਜਿਹੜੇ ਪ੍ਰਬੰਧਕ ਨੇ, ਮੈਂ ਆਪਣੇ ਮਿੱਤਰ ਨੂੰ ਟੈਲੀਫੋਨ ਕੀਤਾ ਵੀ ਉਹਨਾਂ ਦਾ ਨੰਬਰ ਦਿਓ, ਕਹਿੰਦਾ ਮੇਰੇ ਕੋਲ ਹੀ ਬੈਠੇ ਨੇ। ਜਿਸ ਟਾਈਮ ਮੈਂ ਗੱਲ ਕੀਤੀ ਉਹ ਕਹਿੰਦਾ ਜੀ ਮੈਂ ਮੇਰੇ ਕੋਲ ਗਲਤੀ ਹੋ ਗਈ ਹੈ, ਅੱਗੋਂ ਤੋਂ ਮੈਂ ਕਦੀ ਇਹੋ ਜਿਹੇ ਬੰਦੇ ਨੂੰ ਸਿਰੋਪਾ ਨਹੀਂ ਦਵਾਉਣ ਦਿਆਂਗਾ। 5 ਦਿਨਾਂ ਬਾਅਦ ਰਣੀਤ ਬਿੱਟੂ ਚਲੇ ਗਏ,
ਉਸ ਨੂੰ ਉਹਨਾਂ ਨੂੰ ਦੇਣਾ ਪਿਆ ਕਿਉਂਕਿ ਸਰਕਾਰ ਦਾ ਹੁਕਮ ਸੀ ਇਹਨਾਂ ਨੂੰ ਦਿਓ। ਮਤਲਬ ਤੁਸੀਂ ਉੱਥੇ ਤਖ਼ਤ ਸਾਹਿਬਾਨ ਦੇ ਉੱਤੇ ਦਾੜੀ ਮੁੰਨਿਆਂ ਨੂੰ ਸਿਰ ਤੋਂ ਕੇਸ ਨਾ ਆਉਣ ਵਾਲਿਆਂ ਨੂੰ ਉੱਥੇ ਸਰੂਪਾ ਦੇ ਕੇ ਕੀ ਸੰਦੇਸ਼ਾਂ ਦੇਣਾ ਚਾਹੁੰਦੇ ਹੋ ਵੀ ਜਿਹੜੇ ਸਿੱਖੀ ਅਸੂਲਾਂ 'ਤੇ ਮਰਿਆਦਾ 'ਤੇ ਰਹਿਤ ਦੇ ਵਿੱਚ ਚੜ੍ਹਨ ਵਾਲੇ ਸਿੱਖ ਨੂੰ ਉਹਨਾਂ ਨੂੰ ਉੱਥੇ ਮਿਲਣ ਨਾ ਮਿਲੇ ਇਹ ਜਨ ਜ਼ਰੂਰ ਮਿਲੇਗੀ। ਜੋ ਪਟਨਾ ਸਾਹਿਬ ਨੱਡਾ ਸਾਹਿਬ ਦੇ ਜਾਣ ਨਾਲ ਹੋਇਆ ਹੈ ਉਹ ਕਿਸੇ ਤੋਂ ਭੁਲਾ ਚੁੱਕਿਆ। ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਸੀਂ 21 ਜਨਵਰੀ 2082 ਦੇ ਵਿੱਚ ਕਰਾ ਕੇ ਸਾਨੂੰ ਰਾਤੀ 12 ਵਜੇ ਧੱਕੇ ਮਾਰ ਕੇ ਬਾਹਰ ਕੱਢ ਕੇ ਉਹਨਾਂ ਨੂੰ ਪ੍ਰਧਾਨ ਅਤੇ ਸਕੱਤਰ ਬਣਾਤਾ। ਇਸ ਤੋਂ ਵੱਧ ਕੋਈ ਹੋਰ ਜਲਾਲਤ ਹੋ ਸਕਦੀ ਹੈ ਜਿਹੜੀ ਸਿੱਖਾਂ ਨਾਲ ਹੋਵੇ? ਤੁਸੀਂ ਸਾਰੇ ਸਿੱਖਾਂ ਦੇ ਕਬਜ਼ੇ ਕਰ ਰਹੇ ਹੋ ਸਥਾਨਾਂ 'ਤੇ। ਅੱਜ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਨਿਕਲਿਆ ਵੀ ਸਾਰੇ ਕੇਸਰੀ ਨਿਸ਼ਾਨ ਜਿਹੜੇ ਹਨ ਉਹ ਪੀਲੇ ਬਸੰਤੀ ਰੰਗ ਦੇ ਹੋਣੇ ਚਾਹੀਦੇ ਨੇ। ਦਿੱਲੀ ਦੇ ਵਿੱਚ 70% ਗੁਰਦੁਆਰਿਆਂ ਨੇ ਕਰਤੇ ਹਨ। ਗਿਆਨੀ ਰਣਜੀਤ ਸਿੰਘ ਨੂੰ ਮੈਂ ਟੈਲੀਫੋਨ ਕੀਤਾ, ਕਹਿੰਦਾ ਜੀ ਇਸ ਹਫ਼ਤੇ ਲਵਾ ਦਿਆਂਗੇ। ਉਹਨੂੰ ਮਹੀਨਾ ਸਵਾ ਮਹੀਨਾ ਹੋ ਗਿਆ, ਕਿਉਂ ਨਹੀਂ ਹੋਏ? ਤੁਹਾਡਾ ਹੁਕਮ ਨਹੀਂ ਸੀ, ਤੁਹਾਡੇ ਹੁਕਮ ਬਗੈਰ ਨਿਸ਼ਾਨ ਸਾਹਿਬ ਦੇ ਜਿਹੜਾ ਚੋਲਾ ਸਾਹਿਬ ਦੇ ਨਹੀਂ ਬਦਲੇ ਗਏ। ਅਕਾਲ ਤਖ਼ਤ ਦੇ ਹੁਕਮ ਦੀ ਪਰਵਾਹ ਨਹੀਂ ਕੀਤੀ। ਇਹ ਸਿੱਖਾਂ ਦੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਹੈ ਅਤੇ ਹੋਰ ਕੀ ਹੈ? ਸਰਕਾਰ ਆਪਣੇ ਮੰਤਰੀਆਂ ਕੋਲੋਂ ਜਵਾਬ ਦਿੰਦੀ ਕਿ ਅਸੀਂ ਇਹਦੀ ਇਨਕੁਆਇਰੀ ਕਰਾਵਾਂਗੇ ਜਿਹੜਾ ਰਾਹੁਲ ਗਾਂਧੀ ਨੇ ਬਿਆਨ ਦਿੱਤਾ, ਔਰ ਜਿਨ੍ਹਾਂ ਜਗ੍ਹਾ ਦੇ ਉੱਤੇ ਸਿੱਖਾਂ ਨੂੰ ਮਨ੍ਹਾ ਕੀਤਾ ਗਿਆ ਕੜਾ ਪਾ ਕੇ ਜਾਣ ਨੂੰ ਕਿ ਛੋਟੀ ਕਿਰਪਾਨ ਪਾ ਕੇ ਜਾਣ ਨੂੰ ਦਸਤਾਰ ਸਿਆਣ ਜਾਣ 'ਤੇ, ਅਸੀਂ ਇਨਕੁਆਇਰੀ ਕਰਕੇ ਉਹਨਾਂ ਦੀ ਬਣਦੀ ਸਜ਼ਾ ਜਿਹੜੀ ਹੈ ਉਹ ਦਵਾਵਾਂਗੇ। ਤੁਸੀਂ ਆਪਣੇ ਉਹਨਾਂ ਕੋਲੋਂ ਬਿਆਨ ਦਵਾਉਂਦੇ ਹੋ ਕਿ ਨਹੀਂ ਜੀ ਇਹ ਝੂਠ ਬੋਲਦਾ ਹੈ, ਕੀ ਫਾਇਦਾ? ਉਸਨੇ ਇਹ ਗੱਲ ਅਮਰੀਕਾ ਜਾ ਕੇ ਕਿਉਂ ਕੀਤੀ? ਉਹਨਾਂ ਸਿੱਖਾਂ ਜਾ ਕੇ ਕੀਤੀ ਜਿਹੜੇ ਕਿ ਕਾਂਗਰਸ ਦੇ ਦੁਸ਼ਮਣ ਸਨ। ਉਹਨਾਂ 'ਚ ਤਾਂ ਕੋਈ ਨਹੀਂ ਬੋਲਿਆ ਉੱਥੇ, ਇੱਥੇ ਕਿਉਂ BJP ਬੋਲੀ? ਇੰਨੀ ਵੱਡੀ ਪਾਰਟੀ, ਇਤਨੀ ਤਗੜੀ ਪਾਰਟੀ, ਜੇ ਕਿਸੇ ਨੇ ਕੋਈ ਗੱਲ ਕਹਿਤੀ ਹੈਗੀ ਤਾਂ ਉਹਨੂੰ ਉਸ 'ਤੇ ਅਮਲ ਕਰਨ ਦੀ ਗੱਲ ਕਰੇ, ਵਿਰੋਧ ਕਰਨ ਦੀ ਕਿਉਂ ਗੱਲ ਕਰੇ? ਮੈਂ ਸੱਚੀ ਗੱਲ ਕਰਾਂ, ਰਾਹੁਲ ਗਾਂਧੀ ਦੇ ਇਸ ਬਿਆਨ ਦੇ ਨਾਲ ਜਿਹੜਾ ਕਿਸੇ ਕਾਂਗਰਸੀ ਸਿੱਖ ਵੱਲੋਂ, ਕਾਂਗਰਸੀ ਲੀਡਰ ਵੱਲੋਂ ਬੜੀ ਮੁੱਤਾਂ ਬਾਅਦ ਆਇਆ, ਮੈਂ ਉਹਦਾ ਸ਼ੁਕਰੀਆ ਅਦਾ ਕਰਦਾ। ਪਰ ਇੱਕ ਗੱਲ ਮੈਂ ਰਾਹੁਲ ਗਾਂਧੀ ਨੂੰ ਕਹਿਣਾ ਚਾਹੁੰਦਾ, ਤੁਸੀਂ ਆਪਣੇ ਪੰਜਾਬ ਦੇ ਪ੍ਰਧਾਨ ਨੂੰ ਤਾਂ ਪੱਗ ਪਵਾ ਤੀ, ਰਾਜਾ ਬਣੇ ਸਰੇ ਨੰਗੋਂ ਜਾਂਦਾ ਸੀ, ਮੇਰੇ ਕੋਲ ਜਿਹੜੀ ਸੂਚਨਾ ਹੈਗੀ ਵੀ ਤੁਸੀਂ ਕਿਹਾ ਪੱਗ ਪਾ ਕੇ ਆ। ਜਿਤਨੇ ਵੀ ਪੰਜਾਬ ਦੇ ਸਿੱਖ ਲੀਡਰ ਹੈਗੇ ਉਹਨਾਂ ਸਾਰਿਆਂ ਦੀਆਂ ਪੱਗਾਂ ਬਣਾਓ ਅਤੇ ਦਿਹਾੜੀ ਦੀ ਬੇਅਦਬੀ ਕਰਨ ਤੋਂ ਉਹਨਾਂ ਨੂੰ ਰੋਕੋ, ਇਹ ਮੇਰੀ ਤੁਹਾਨੂੰ ਜ਼ਰੂਰੀ ਹੈ। ਮੈਨੂੰ ਉਮੀਦ ਹੈ ਸਿੱਖਾਂ ਦੇ ਹਿਰਦੇ ਦੀ ਗੱਲ ਨੂੰ ਸਮਝਦੇ ਹੋਏ ਤੁਸੀਂ ਆਪਣੀ ਪਾਰਟੀ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਲਾਗੂ ਕਰੋਗੇ। ਭੁੱਲ ਚੁੱਕ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।